ਬ੍ਰਿਟਿਸ਼ ਕੋਲੰਬੀਆ ਵਿੱਚ ਇੱਕ ਵਾਰ ਫਿਰ ਤੋਂ ਤੇਜ਼ ਹਵਾਵਾਂ ਨੇ ਆਪਣਾ ਕਹਿਰ ਦਿਖਾਇਆ। ਵੈਨਕੂਵਰ ਦੇ ਆਸ-ਪਾਸ ਦੇ ਕਈ ਇਲਾਕਿਆਂ ਵਿੱਚ ਬਿਜਲੀ ਤੱਕ ਗੁੱਲ ਹੋ ਗਈ ਹੈ, ਜਦਕਿ ਤੇਜ਼ ਹਵਾ ਕਰਕੇ ਹਾਰਸ ਸ਼ੂ ਬੇ ਫੇਰੀ ਟਰਮੀਨਲ ਵੀ ਬੰਦ ਕਰ ਦਿੱਤਾ ਗਿਆ ਹੈ। ਬੀਸੀ ਹਾਈਡਰੋ ਦੇ ਦੱਸਣ ਮੁਤਾਬਕ ਬਿਜਲੀ ਜਾਣ ਨਾਲ 70,000 ਲੋਕ ਬਿਜਲੀ ਤੋਂ ਵਾਂਝੇ ਹੋ ਗਏ ਨੇ, ਜਦਕਿ ਤੇਜ਼ ਹਵਾ ਚੱਲਣ ਕਰਕੇ ਠੰਡ ਵਿੱਚ ਵੀ ਵਾਧਾ ਹੋ ਗਿਆ ਹੈ। ਬੀਸੀ ਹਾਈਡਰੋ ਮੁਤਾਬਕ ਐਬਸਫੋਰਡ, ਲੈਂਗਲੀ, ਸਰੀ, ਵਿਕਟੋਰੀਆ ਤੇ ਸਾਊਦਰਨ ਗਲਫ ਆਈਲੈਂਡਸ ਦੇ ਇਲਾਕਿਆਂ ਦੇ ਵਿੱਚ ਤੇਜ਼ ਹਵਾ ਕਰਕੇ ਬਿਜਲੀ ਦੀਆਂ ਤਾਰਾਂ ਟੁੱਟ ਗਈਆਂ ਨੇ, ਜਿਸ ਕਾਰਨ ਬੱਤੀ ਗੁੱਲ ਹੋ ਗਈ ਹੈ। ਬੀਸੀ ਹਾਈਡਰੋ ਦੇ ਸੈਂਕੜੇ ਮੁਲਾਜ਼ਮ ਬੀਤੀ ਰਾਤ ਬਿਜਲੀ ਮੁੜ ਬਹਾਲ ਕਰਨ ਦੇ ਲਈ ਜੁਟੇ ਰਹੇ, ਪਰ ਹਵਾ ਦੇ ਨਾ ਰੁਕਣ ਕਾਰਨ ਅਜੇ ਵੀ ਕਈ ਇਲਾਕਿਆਂ ਵਿੱਚ ਬਿਜਲੀ ਨਹੀਂ ਆਈ ਹੈ। ਮੌਂਟਰੀਅਲ ਦੇ ਲੌਂਗਹਿਲ ਇਲਾਕੇ ਵਿੱਚ ਇੱਕ ਅਪਾਰਟਮੈਂਟ ਨੂੰ ਅੱਗ ਲੱਗਣ ਕਰਕੇ 3 ਵਿਅਕਤੀਆਂ ਦੀ ਮੌਤ ਹੋ ਗਈ ਤੇ 11 ਜ਼ਖਮੀ ਹੋ ਗਏ। ਮਿਲੀ ਜਾਣਕਾਰੀ ਮੁਤਾਬਕ ਫਾਇਰ ਫਾਈਟਰਸ ਨੂੰ ਰਾਤੀ 1 ਵਜੇ ਦੇ ਕਰੀਬ ਅੱਗ ਲੱਗਣ ਦੀ ਸੂਚਨਾ ਮਿਲੀ, ਜਿਸ ਤੋਂ ਬਾਅਦ ਉਹ ਤੁਰੰਤ ਮੌਕੇ ਤੇ ਪਹੁੰਚ ਗਏ। ਅਪਾਰਟਮੈਂਟ ਦੀ 3 ਮੰਜ਼ਲ ਤੇ ਫਾਇਰ ਫਾਈਟਰਸ ਨੂੰ 3 ਲੋਕ ਬੇਹੋਸ਼ੀ ਦੀ ਹਾਲਤ ਵਿੱਚ ਮਿਲੇ, ਜਿਨ੍ਹਾਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਉਹਨਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਬਾਕੀ 11 ਜ਼ਖਮੀਆਂ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਇਹਨਾਂ ਵਿੱਚੋਂ ਕੁਝ ਲੋਕਾਂ ਨੇ ਜਾਨ ਬਚਾਉਣ ਲਈ ਬਾਲਕਨੀ ਤੋਂ ਛਾਲ ਮਾਰ ਦਿੱਤੀ ਸੀ, ਜਿਨ੍ਹਾਂ ਦੇ ਮਾਮੂਲੀ ਸੱਟਾਂ ਲੱਗੀਆਂ ਨੇ। ਰੈੱਡ ਕ੍ਰਾਸ ਦੇ ਵਲੰਟੀਅਰ ਵੀ ਪੀੜਤ ਲੋਕਾਂ ਦੀ ਮਦਦ ਕਰਨ ਦੇ ਲਈ ਮੌਕੇ ਤੇ ਪਹੁੰਚੇ। ਵੈਨਕੂਵਰ ਵਿੱਚ ਲਿਮੋਜ਼ਿਨ ਦੇ ਪੰਜਾਬੀ ਡਰਾਈਵਰ ਸੁਖਵਿੰਦਰ ਬਸਰਪੁਰ ਤੇ ਸਰੀਰਕ ਸ਼ੋਸ਼ਣ ਦੇ ਚਾਰਜ ਲਗਾਏ ਗਏ ਨੇ। ਬਸਰਪੁਰ ਤੇ 3 ਔਰਤਾਂ ਨਾਲ ਛੇੜਛਾੜ ਦੇ ਇਲਜ਼ਾਮ ਨੇ। ਇਹ ਔਰਤਾਂ ਇਸੇ ਲਿਮੋਜ਼ਿਨ ਕਾਰ ਦੀਆਂ ਸਵਾਰੀਆਂ ਸਨ ਤੇ ਔਰਤਾਂ ਨੇ ਇਲਜ਼ਾਮ ਲਾਏ ਸੀ ਕਿ ਉਹਨਾਂ ਨਾਲ ਉਸ ਵੇਲੇ ਛੇੜਛਾੜ ਕੀਤੀ ਗਈ ਜਦੋਂ ਉਹ ਸ਼ਰਾਬ ਦੇ ਨਸ਼ੇ 'ਚ ਸਨ। ਅਦਾਲਤ ਨੇ ਪਹਿਲਾਂ ਹੀ ਸੁਖਵਿੰਦਰ ਬਸਰਪੁਰੀ ਦੀ ਲਿਮੋਜ਼ਿਨ ਨੂੰ ਜ਼ਬਤ ਕਰਨ ਦੇ ਹੁਕਮ ਦੇ ਦਿੱਤੇ ਸਨ, ਹਾਲਾਂਕਿ ਬਸਰਪੁਰੀ ਆਪਣੇ ਤੇ ਲੱਗੇ ਇਲਜ਼ਾਮਾਂ ਨੂੰ ਸਿਰੇ ਤੋਂ ਨਕਾਰ ਰਹੇ ਨੇ। ਕੈਨੇਡਾ ਵਿੱਚ ਠੰਡ ਦਾ ਕਹਿਰ ਜਾਰੀ ਹੈ। ਠੰਡ ਕਰਕੇ ਆਮ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ। ਇਨਵਾਇਰਮੈਂਟ ਕੈਨੇਡਾ ਵੱਲੋਂ ਲਗਾਤਾਰ ਠੰਡ ਨੂੰ ਲੈ ਕੇ ਜਾਣਕਾਰੀ ਜਾਰੀ ਕੀਤੀ ਜਾ ਰਹੀ ਹੈ। ਇਨਵਾਇਰਮੈਂਟ ਕੈਨੇਡਾ ਵੱਲੋਂ ਜਾਰੀ ਕੀਤੀ ਗਈ ਤਾਜ਼ਾ ਚੇਤਾਵਨੀ ਮੁਤਾਬਕ ਐਲਬਰਟਾ ਵਿੱਚ ਤਾਪਮਾਨ ਘੱਟ ਕੇ -50 ਡਿਗਰੀ ਤੱਕ ਪਹੁੰਚ ਸਕਦਾ ਹੈ, ਜਦਕਿ ਐਲਬਰਟਾ ਦੇ ਟੀਪੀ ਕ੍ਰੀਕ ਇਲਾਕੇ ਵਿੱਚ ਤਾਪਮਾਨ -41 ਡਿਗਰੀ ਨੂੰ ਪਾਰ ਕਰ ਚੁੱਕੀ ਹੈ, ਜਿਸ ਨੂੰ ਇਸ ਵੇਲੇ ਕੈਨੇਡਾ ਦਾ ਸਭ ਤੋਂ ਜ਼ਿਆਦਾ ਠੰਡਾ ਸਥਾਨ ਦੱਸਿਆ ਜਾ ਰਿਹਾ ਹੈ। ਕੈਲਗਰੀ ਵਿੱਚ ਤਾਪਮਾਨ -29 ਡਿਗਰੀ ਤੇ ਐਡਮੰਟਨ ਵਿੱਚ -31 ਡਿਗਰੀ ਦਰਜ ਕੀਤਾ ਗਿਆ। ਭਾਰੀ ਠੰਡ ਦੇ ਚਲਦਿਆਂ ਲੋਕਾਂ ਨੂੰ ਸਿਹਤ ਦਾ ਖਾਸ ਖਿਆਲ ਰੱਖਣ ਤੇ ਠੰਡ ਤੋਂ ਬਚਣ ਦੀ ਤਾਕੀਦ ਕੀਤੀ ਗਈ ਹੈ।